ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਕਣਕ ਨੂੰ ਪਾਣੀ ਦੀ। ਹੁਣ ਜਿਵੇਂ ਆਹ ਕਣਕ ਹੈ, ਇਹਨੂੰ ਪਾਣੀ ਲੱਗੇ ਨੂੰ 22 ਦਿਨ ਹੋ ਗਏ। 22 ਦਿਨ ਹੋ ਗਏ, ਕਣਕ ਵਾਹਣ ਫਿਰ ਵੀ ਥੱਲੋਂ ਨਾ ਸਿੱਲਾ ਹੈ। ਆਹ ਦੇਖੋ, ਆਹ ਦੇਖੋ, ਹੁਣ ਇਹਨੂੰ ਪਾਣੀ ਲਾਵਾਂਗੇ ਕਿ ਨਹੀਂ ਲਾਵਾਂਗੇ? ਬਈ ਆਪਾਂ ਇਹਨੂੰ ਪਾਣੀ ਨਹੀਂ ਲਾਉਣਾ ਇਸ ਕਣਕ ਨੂੰ, ਕਿਉਂਕਿ ਕਈ ਵਾਰੀ ਨਾ ਲੇਟ ਪਾਣੀ ਲੱਗਿਆ ਵੀ ਕਣਕ ਦੇ ਝਾੜ 'ਤੇ ਅਸਰ ਪਾ ਦਿੰਦਾ। ਅਤੇ ਇਹ ਆਪਣੇ ਤਜਰਬੇ ਹੋਏ ਵੇ ਆ, ਮੈਂ ਤੁਹਾਨੂੰ ਦੱਸਦਾ ਕਿਵੇਂ। ਜਿਹੜੀਆਂ ਤਾਂ ਵਾਹ ਕੇ ਬੀਜੀਆਂ ਕਣਕਾਂ, ਉਹਨਾਂ ਨੂੰ ਤਾਂ ਬਾਹਲਾ ਖਤਰਾ ਰਹਿੰਦਾ। ਉਹਨਾਂ ਨੂੰ ਖਤਰਾ ਐਂ ਰਹਿੰਦਾ, ਇੱਕ ਤਾਂ ਵਾਹ ਕੇ ਬੀਜੀ ਕਣਕ ਨੂੰ, ਜਿਹੜੇ ਆਹ ਮਾਰਚ ਦਾ ਮਹੀਨਾ ਹੁੰਦਾ, ਹੁਣ ਥੋੜ੍ਹੇ ਜਿਹੇ ਨਾ ਵਾਹਣ ਵਾਹ ਕੇ ਬੀਜੀ ਵਾਲੇ ਛੇਤੀ ਸੁੱਕ ਜਾਂਦੇ ਆ। ਅਤੇ ਜਦੋਂ ਸੁੱਕ ਜਾਂਦੇ ਨਾ, ਆਪਾਂ ਜਦੋਂ ਪਾਣੀ ਲਾਉਂਦੇ ਹਾਂ ਉਸੇ ਹਿਸਾਬ 'ਤੇ 22 ਦਿਨ ਮਹੀਨੇ ਤੋਂ, ਫਿਰ ਬਈ ਉਹ ਵਾਹਣ ਨੇ ਜਦੋਂ ਪਾਣੀ ਲਾ ਦੇਣਾ ਜਿਵੇਂ ਜਿਵੇਂ, ਉਵੇਂ ਮਾੜੀ ਜਿਹੀ ਹਵਾ ਵਗਦੀ ਨਹੀਂ ਤਾਂ ਕਣਕ ਡਿੱਗ ਪੈਂਦੀ ਹੈ। ਜਦੋਂ ਕਣਕ ਡਿੱਗ ਪਈ ਤਾਂ ਝਾੜ 'ਤੇ ਅਸਰ ਬਈ ਪੈਣਾ ਪੈਣਾ, ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਥੱਲੇ ਛੱਟੇ ਆ ਜਾਂਦੇ ਆ ਉਹਨਾਂ 'ਚ ਕੁਛ ਨਹੀਂ ਪੱਲੇ ਪੈਂਦਾ। ਅਤੇ ਨੰਬਰ 2 'ਤੇ ਜਿਹੜੀ ਕਣਕ ਨੂੰ ਆਪਾਂ ਨੂੰ ਲੱਗੇ ਵੀ ਦਾਣੇ ਪੂਰੇ ਬਣ ਗਏ, ਵੀ ਚੀੜ ਜਾਂ ਕਰੜਾ ਹੋ ਚੱਲਿਆ, ਅਤੇ ਉਦੋਂ ਬਾਅਦ ਵੀ ਆਪਾਂ ਪਾਣੀ ਦਾ ਲੈਂਦੇ ਹਾਂ ਨਾ ਲਾਉਣ ਦਾ ਰਿਸਕ, ਅਤੇ ਉਹ ਬਈ ਉਹ ਵੀ ਝਾੜ 'ਤੇ ਬਹੁਤ ਅਸਰ ਪਾਉਂਦਾ। ਉਹਦਾ ਕਾਰਨ ਇਹ ਆ, ਮੈਂ ਵੇਖਿਆ ਤਜਰਬੇ ਕਰਕੇ ਇਹ, ਤੁਸੀਂ ਜੇ ਲੇਟ ਪਾਣੀ ਲਾ ਦਿਓਗੇ ਨਾ ਕਣਕ ਨੂੰ, ਭਲਾ ਤੁਹਾਡੇ ਗਿੱਲੇ ਮੂੰਹੇ 'ਤੇ ਭਲਾ ਕਿਵੇਂ ਚੱਲ ਡਿੱਗਦੀ ਨਹੀਂ ਕਣਕ, ਪਰ ਨਾ ਉਸ ਕਣਕ ਦਾ ਝਾੜ ਘੱਟ ਜਾਂਦਾ। ਦੋ ਅਸਰ ਪਾਉਂਦੀ ਹੈ, ਪਹਿਲੀ ਗੱਲ ਤਾਂ ਦਾਣੇ ਉਹਦੇ ਪਿਛਕ ਜਾਂਦੇ ਆ, ਕਮਜ਼ੋਰ ਰਹਿ ਜਾਂਦੇ ਆ। ਇਹ ਹੁਣ ਕੁਦਰਤ ਜਾਣਦੀ ਹੈ ਵੀ ਕੀ ਕਾਰਨ ਬਣਦਾ, ਕਿਉਂਕਿ ਨਾ ਤਾਂ ਕੋਈ ਜੜ ਦਾ ਅਸਰ ਪੈਂਦਾ ਇਹਦੇ 'ਤੇ, ਨਾੜ ਨਾਲ ਹੀ ਪੱਕ ਜਾਣਾ ਹੁੰਦਾ ਉਦੋਂ ਬਾਅਦ ਦਾਣੇ ਨੇ ਆਪਦੇ ਬੂਝੇ ਦੇ ਰਸ ਨਾਲ ਹੀ। ਅਤੇ ਨੰਬਰ 2 'ਤੇ ਜਿਹੜਾ ਅਸਰ ਪੈਂਦਾ ਬਾਈ, ਉਹ ਪੈਂਦਾ ਤੂੜੀ 'ਤੇ। ਹੁਣ ਤੁਸੀਂ ਵੇਖੋਗੇ ਜੇ ਲੇਟ ਪਾਣੀ ਲੱਗੇ ਹੋਣਗੇ ਨਾ ਜਿਹੜੀਆਂ ਕਣਕਾਂ ਨੂੰ, ਉਹਨਾਂ ਦੇ ਜਿਹੜੇ ਟਾਂਗਰ ਹੈ ਜਿਹਨੂੰ ਆਪਾਂ ਲਾਣ ਕਹਿ ਦਿੰਦੇ ਹਾਂ ਤੂੜੀ ਬਣਾਉਣ ਵਾਲਾ ਪਰਾਲ, ਉਹ ਬਈ ਕਾਲਾ ਪੈ ਜਾਂਦਾ। ਅਤੇ ਉੱਧਰੋਂ ਤਾਂ ਤੂੜੀ 'ਤੇ ਅਸਰ ਪੈਂਦਾ ਬਾਈ, ਉੱਧਰੋਂ ਝਾੜ 'ਤੇ ਅਸਰ ਪੈਂਦਾ। ਤੁਸੀਂ ਇੱਕ ਪਾਸੇ ਛੱਡ ਕੇ ਵੇਖ ਲਿਓ, ਜਿਹੜੀ ਕਣਕ ਨੂੰ ਅੱਜ ਆਪਾਂ ਮੰਨ ਕੇ ਚੱਲਦੇ ਹਾਂ, ਅੱਜ 20 ਮਾਰਚ, 20 ਮੰਨ ਕੇ ਚਲੋ 10 ਮਾਰਚ ਦਾ ਪਾਣੀ ਲੱਗਿਆ, ਤੁਸੀਂ ਮੇਰੇ ਮਗਰ ਨਾ ਲੱਗੋ ਮੇਰਾ, ਕਿਉਂਕਿ ਪਾਣੀ ਲੱਗੇ ਨੂੰ 22 ਦਿਨ ਹੋ ਗਏ। ਤੁਸੀਂ ਫਿਰ ਕਹੋਗੇ ਵੀ ਇਹ, ਬਾਕੀ ਇੱਕ ਗੱਲ ਹੋਰ ਹੈ, ਇਹ ਵਾਹਣਾ ਵਾਹਣਾ ਦੀ ਕੰਡੀਸ਼ਨ ਹੁੰਦੀ ਹੈ। ਕਈ ਵਾਹਣ ਰੇਤਲੇ ਹੁੰਦੇ ਹੈ, ਕਈ ਡਾਕਰ ਵਾਹਣ ਹੁੰਦੇ ਹੈ। ਸਾਡੇ ਵਾਹਣਾਂ ਦੀ ਆਪਾਂ ਗੱਲ ਕਰਦੇ ਹਾਂ, ਦੋ ਪਾਣੀਆਂ ਨਾਲ ਵੀ ਕਣਕ ਵਧੀਆ ਝਾੜ ਦੇ ਜਾਂਦੀ ਹੈ। ਇਹ ਫਰਕ ਪਤਾ ਕੀ ਪੈਂਦਾ, ਕਈ ਥਾਈਂ ਤਾਂ ਪਾਣੀ ਜ਼ਿਆਦਾ ਡੂੰਘੇ ਹੈ ਅਤੇ ਜਾਂ ਜ਼ਮੀਨਾਂ ਥੋੜ੍ਹੀਆਂ ਜਿਹੀਆਂ ਵੀ ਖੁਸ਼ਕ ਹੈ, ਅਤੇ ਉੱਥੇ ਪਾਣੀ ਜ਼ਿਆਦਾ ਵੀ ਲਾਉਣੇ ਪੈਂਦੇ ਹੈ। ਅਤੇ ਜਿਵੇਂ ਹੁਣ ਇਹ ਹੈ, ਇੱਥੇ ਹੁਣ 3 ਪਾਣੀ ਲੱਗੇ ਵੇ ਹੈ ਕਣਕ ਨੂੰ, ਹੁਣ ਤੁਸੀਂ ਆਪ ਹੀ ਵੇਖ ਲਓ।
ਵੀ ਤਿੰਨ ਪਾਣੀ ਲੱਗ ਗਿਆ, ਤਿੰਨਾਂ ਨਾਲ ਹੀ ਪੱਕ ਜਾਣੀ ਹੈ ਇਹ। ਵਾਹਣ ਥੱਲਿਓਂ ਗਿੱਲਾ, ਕੋਈ ਵਾਹਣ ਆਏ ਨਹੀਂ ਵੀ ਥੱਲਿਓਂ ਸੁੱਕਿਆ ਪਿਆ ਵੀ ਪੱਟੀ ਦਾ ਨਹੀਂ। ਅਤੇ ਉਹਦੇ ਨਾਲ ਇਹਨੂੰ ਜਿੰਨੀ ਸੈੱਲ ਚਾਹੀਦੀ ਹੈ ਵੀ ਜਿੰਨਾ ਦਾਣੇ ਬਣਨ ਵਾਸਤੇ ਇਹਨੂੰ ਚਾਹੀਦੀ ਹੈ ਸੈੱਲ, ਤਾਕਤ ਚਾਹੀਦੀ ਹੈ, ਉਹ ਮਿਲੀ ਜਾਣੀ ਉਨਾ ਚਿਰ। ਅਤੇ ਬਾਕੀ ਆਪਦੇ ਟਾਈਮ 'ਤੇ ਆ ਕੇ ਕਣਕ ਨੇ ਆਈ ਜਾਣਾ। ਹੁਣ ਪਹਿਲਾਂ ਇੱਕ ਕਣਕ ਹੁੰਦੀ ਸੀਗੀ 43, ਉਹ ਕਣਕਾਂ ਨਾ ਜਿਹੜੀਆਂ ਮਹੀਨਾ ਪਹਿਲਾਂ ਬੀਜੀਆਂ ਹੁੰਦੀਆਂ ਸੀ ਅਤੇ ਜਾਂ ਜਿਹੜੀਆਂ ਮਹੀਨਾ ਬਾਅਦ 'ਚ ਬੀਜਦੇ ਸੀ, ਵੀ ਮੰਨ ਲਓ ਝੋਨੇ ਵਾਲੀ ਕਣਕ ਪਹਿਲਾਂ ਬੀਜਤੀ, ਨਰਮੇ ਵਾਲੀ ਬਾਅਦ 'ਚ ਬੀਜੀ, 20 ਦਿਨਾਂ ਦਾ ਮਹੀਨੇ ਦਾ ਫਰਕ ਪੈ ਜਾਂਦਾ ਸੀ। ਅਤੇ ਜਦੋਂ ਰੁੱਤ ਆ ਜਾਂਦੀ ਸੀ ਨਾ ਇਕੱਠੀਆਂ ਕਣਕ ਆ ਜਾਂਦੀਆਂ ਸੀ। ਅਤੇ ਉਹੀ ਗੱਲ ਹੈ, ਕਣਕ ਨੇ ਆਪਦੀ ਰੁੱਤ ਸਰ ਆਪਦੇ ਟਾਈਮ 'ਤੇ ਆ ਜਾਣਾ। ਅਤੇ ਹੁਣ ਜੇ 20 ਤਰੀਕ ਆਪਾਂ ਮੰਨ ਕੇ ਚੱਲੀਏ, 13 ਅਪ੍ਰੈਲ ਦੀ ਵਿਸਾਖੀ ਹੁੰਦੀ ਹੈ, ਅਤੇ ਕਈ ਪਿਛਲੇ ਸਾਲਾਂ 'ਚ ਤਾਂ ਵਿਸਾਖੀ ਵਾਲੇ ਦਿਨ ਤੂੜੀਆਂ ਵੀ ਸਾਂਭ ਦਿੰਦੇ ਸੀ। ਅਤੇ ਜੇ ਆਪਾਂ ਐਤਕੀ ਗੱਲ ਕਰੀਏ ਵਿਸਾਖੀ ਨੂੰ, ਚਲੋ ਨਹੀਂ ਵੀ ਵੱਢੀ ਦੀ, ਫਿਰ ਵੀ ਚੱਲ 20 ਅਪ੍ਰੈਲ ਦੇ ਆਸੇ ਪਾਸੇ ਤਾਂ ਕਣਕਾਂ ਦੀ ਵਾਢੀ ਚੱਲ ਪੈਣੀ ਹੈ। ਅਤੇ ਉਦੋਂ ਨੂੰ ਇਹਨੇ ਬਈ ਪੱਕ ਜਾਣਾ ਕਣਕ ਨੇ, ਅਤੇ ਬਾਕੀ ਜਿਹੜਾ ਥੱਲੋਂ ਸਿੱਲਾ ਇਹਨੇ ਕੰਮ ਕਰਨਾ। ਜ਼ਿਆਦਾ ਤਾਂ ਹੁੰਦੀ ਹੈ, ਜੇ ਜ਼ਿਆਦਾ ਧੁੱਪ ਹੈ ਤਾਂ ਹਵਾ ਵਗਦੀ ਹੈ ਅਤੇ ਕੋਈ ਐਡੀ ਗਰਮੀ ਮਹਿਸੂਸ ਨਹੀਂ ਹੁੰਦੀ। ਅਤੇ ਇਸ ਕਰਕੇ ਬਈ ਬਾਹਲਾ ਲੇਟ ਲੱਗਿਆ ਪਾਣੀ ਵੀ ਨਾ ਨੁਕਸਾਨ ਕਰ ਜਾਂਦਾ। ਬਾਕੀ ਤੁਸੀਂ ਵੇਖਣਾ ਆਪੋ ਆਪਣੇ ਵਾਹਣ ਦੀ ਕੰਡੀਸ਼ਨ ਕਿਹੋ ਜਿਹੀਆਂ ਕੰਡੀਸ਼ਨ ਹੈ, ਕਿੰਨੇ ਪਾਣੀ ਭਾਲਦੀਆਂ, ਜਾਂ ਰੇਤਲਾ ਵਾਹਣ ਜਾਂ ਡਾਕਰ ਹੈ, ਕਿਹੋ ਜਿਹਾ ਉੱਚਾ ਨੀਵਾਂ। ਅਤੇ ਆਪਾਂ ਤੁਹਾਨੂੰ ਦੱਸਤਾ ਆਪਣਾ ਵਾਹਣਾਂ ਦਾ ਹਿਸਾਬ ਕਿਤਾਬ। ਅਤੇ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ, ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਨਾਲ।